ਸ਼ੰਭੂ ਬਾਰਡਰ ਤੇ ਚੱਲ ਰਹੇ ਧਰਨੇ ਤੋਂ ਵਾਪਸ ਆ ਰਹੇ ਕਿਸਾਨਾਂ ਦੇ ਨਾਲ ਵੱਡਾ ਹਾਦਸਾ ਵਾਪਰ ਗਿਆ ਹੈ। ਦੱਸ ਦਈਏ ਕਿ ਇਸ ਦੇ ਵਿੱਚ ਇੱਕ ਕਿਸਾਨ ਦੀ ਦਰਦਨਾਕ ਮੌਤ ਹੋ ਗਈ ਹੈ, ਜਦਕਿ ਦੂਸਰਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਹੈ। ਪਿਛਲੇ 10 ਦਿਨਾਂ ਤੋਂ ਇਹ ਧਰਨੇ ਦੇ ਵਿੱਚ ਸੇਵਾ ਨਿਭਾ ਰਹੇ ਸਨ। ਇਹ ਵੀ ਦੱਸ ਦਈਏ ਕਿ ਕਿਸਾਨ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 142 ਦਿਨਾਂ ਤੋਂ ਧਰਨੇ 'ਤੇ ਬੈਠੇ ਹੋਏ ਨੇ ਅਤੇ ਉਹ ਸ਼ੰਭੂ ਬਾਰਡਰ ਦੇ ਧਰਨੇ 'ਤੇ ਚੱਲ ਰਹੇ ਧਰਨੇ ਤੋਂ ਵਾਪਸ ਆ ਰਹੇ ਸਨ। ਇਹ ਕਿਸਾਨ ਜਿਨ੍ਹਾਂ ਦੇ ਨਾਲ ਸੜਕ ਹਾਦਸਾ ਵਾਪਰ ਗਿਆ, ਖੰਨਾ ਨੇੜੇ ਦਰਦਨਾਕ ਹਾਦਸਾ ਵਾਪਰਿਆ ਜਿਸਦੀ ਲਪੇਟ ਦੇ ਵਿੱਚ ਦੋਵੇਂ ਕਿਸਾਨ ਆ ਗਏ। ਇਸ ਦੇ ਵਿੱਚ ਇੱਕ ਕਿਸਾਨ ਦੀ ਦਰਦਨਾਕ ਮੌਤ ਹੋ ਗਈ ਹੈ, ਜਦਕਿ ਦੂਸਰਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ। ਉਸਦੇ ਦੋਨੋਂ ਗੁੱਟ ਟੁੱਟ ਗਏ ਨੇ। ਹਾਲਾਂਕਿ ਇਹ ਦੋਵੇਂ ਕਿਸਾਨ ਗੁਰਦਾਸਪੁਰ ਦੇ ਹੀ ਰਹਿਣ ਵਾਲੇ ਨੇ। ਦੱਸ ਦਈਏ ਕਿ ਮਰਨ ਵਾਲੇ ਜੋ ਕਿਸਾਨ ਸੀ ਉਸਦਾ ਨਾਮ ਸੁਖਵਿੰਦਰ ਸਿੰਘ ਹੈ, ਜੋ ਜ਼ਖਮੀ ਹੋਇਆ ਉਸਦਾ ਨਾਮ ਬਲਜੀਤ ਸਿੰਘ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਦੋਵੇਂ ਗੁਰਦਾਸਪੁਰ ਦੇ ਰਹਿਣ ਵਾਲੇ ਸਨ ਅਤੇ ਪਿਛਲੇ 10 ਦਿਨਾਂ ਤੋਂ ਧਰਨੇ ਦੇ ਵਿੱਚ ਆਪਣੀ ਸੇਵਾ ਨਿਭਾ ਰਹੇ ਸਨ। ਜੋ ਸ਼ੰਭੂ ਬਾਰਡਰ 'ਤੇ ਲਗਾਤਾਰ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ 'ਤੇ ਬੈਠੇ ਹੋਏ ਨੇ, ਉਸ ਦੇ ਵਿੱਚ ਪਿਛਲੇ 10 ਦਿਨਾਂ ਤੋਂ ਇਹ ਸੇਵਾ ਨਿਭਾ ਰਹੇ ਸਨ ਅਤੇ ਜਦ ਇਹ ਧਰਨੇ ਤੋਂ ਵਾਪਸ ਆਪਣੇ ਘਰ ਪਰਤ ਰਹੇ ਸਨ ਅਤੇ ਇਹਨਾਂ ਦੇ ਨਾਲ ਖੰਨਾ ਨੇੜੇ ਦਰਦਨਾਕ ਹਾਦਸਾ ਵਾਪਰ ਗਿਆ। ਹਾਲਾਂਕਿ ਇਹਨਾਂ ਨੇ ਗੁਰਦਾਸਪੁਰ ਜਾਣਾ ਸੀ, ਇਹ ਦੋਨੋਂ ਗੁਰਦਾਸਪੁਰ ਦੇ ਰਹਿਣ ਵਾਲੇ ਨੇ, ਪਰ ਦੱਸ ਦਈਏ ਕਿ ਜਦ ਇਹ ਖੰਨਾ ਨੇੜੇ ਪਹੁੰਚੇ ਤਾਂ ਉੱਥੇ ਇਹ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਏ ਨੇ। ਇੱਕ ਟਰਾਲੇ ਦੀ ਲਪੇਟ ਦੇ ਵਿੱਚ ਆਉਣ ਕਾਰਨ ਇਹ ਦੋਵੇਂ ਕਿਸਾਨ, ਇੱਕ ਕਿਸਾਨ ਜ਼ਖਮੀ ਹੋਇਆ, ਜਦਕਿ ਦੂਸਰੇ ਕਿਸਾਨ ਦੀ ਦਰਦਨਾਕ ਮੌਤ ਹੋ ਗਈ ਹੈ। ਦੋਵੇਂ ਗੁਰਦਾਸਪੁਰ ਦੇ ਹੀ ਰਹਿਣ ਵਾਲੇ ਸਨ। ਬੀਤੇ 10 ਦਿਨਾਂ ਤੋਂ ਇਹ ਧਰਨੇ ਦੇ ਵਿੱਚ ਸੇਵਾ ਨਿਭਾ ਰਹੇ ਸਨ ਅਤੇ ਜਦ ਇਹਨਾਂ ਨੇ ਵਾਪਸੀ ਘਰ ਕਰਨੀ ਸੀ ਤਾਂ ਇਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਟਰਾਲੇ ਦੀ ਲਪੇਟ ਦੇ ਵਿੱਚ ਆਉਣ ਕਾਰਨ ਇਹ ਦੋਵੇਂ ਹਾਦਸੇ ਦਾ ਸ਼ਿਕਾਰ ਹੋਏ, ਜਿਸ ਦੇ ਵਿੱਚ ਇੱਕ ਕਿਸਾਨ ਦੀ ਮੌਤ ਹੋ ਗਈ ਹੈ। ਦੋਵੇਂ ਗੁਰਦਾਸਪੁਰ ਦੇ ਹੀ ਰਹਿਣ ਵਾਲੇ ਸਨ। ਦੱਸ ਦਈਏ ਕਿ ਮ੍ਰਿਤਕ ਦੀ ਪਹਿਚਾਣ ਸੁਖਵਿੰਦਰ ਸਿੰਘ ਵਜੋਂ ਹੋਈ ਹੈ, ਜ਼ਖਮੀ ਬਲਜੀਤ ਸਿੰਘ ਹੈ, ਉਹਨਾਂ ਦਾ ਨਾਮ ਦੱਸਿਆ ਜਾ ਰਿਹਾ। ਉਹਨਾਂ ਦੇ ਦੋਨੋਂ ਗੁੱਟ ਟੁੱਟ ਗਏ ਨੇ। ਹਾਲਾਂਕਿ ਸਿਵਲ ਹਸਪਤਾਲ ਦੇ ਵਿੱਚ ਮੌਕੇ 'ਤੇ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਹੈ, ਇਲਾਜ ਕੀਤਾ ਜਾ ਰਿਹਾ। ਪਰ ਦੱਸ ਦਈਏ ਕਿ ਲਗਾਤਾਰ ਸ਼ੰਭੂ ਬਾਰਡਰ 'ਤੇ ਧਰਨਾ ਚੱਲ ਰਿਹਾ। ਪਿਛਲੇ 142 ਦਿਨਾਂ ਤੋਂ ਇਹ ਧਰਨਾ ਚੱਲ ਰਿਹਾ ਹੈ ਅਤੇ ਜਿੱਥੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਨੇ, ਲਗਾਤਾਰ ਆਪਣੇ ਮੰਗਾਂ ਦੀ ਅਪੀਲ ਕਰ ਰਹੇ ਨੇ ਕਿ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਪਰ ਉੱਥੇ ਹੀ ਧਰਨੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜਦੋਂ ਇਹ ਧਰਨੇ ਤੋਂ ਕਿਸਾਨ ਵਾਪਸ ਆ ਰਹੇ ਸਨ ਤਾਂ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਦੇ ਵਿੱਚ ਇੱਕ ਕਿਸਾਨ ਦੀ ਦਰਦਨਾਕ ਮੌਤ ਹੋ ਗਈ ਹੈ, ਜਦਕਿ ਦੂਸਰਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ। ਇੱਕ ਟਰਾਲੇ ਦੀ ਲਪੇਟ ਦੇ ਵਿੱਚ ਆਉਣ ਕਾਰਨ ਇਹਨਾਂ ਦੋਨਾਂ ਦੇ ਨਾਲ ਇਹ ਦਰਦਨਾਕ ਹਾਦਸਾ ਵਾਪਰ ਗਿਆ ਹੈ। ਹਾਲਾਂਕਿ ਜੋ ਦੂਸਰਾ ਕਿਸਾਨ ਜ਼ਖਮੀ ਹੋਇਆ ਸੀ, ਮੌਕੇ 'ਤੇ ਉਸਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਦੱਸ ਦਈਏ ਕਿ ਉਹਨਾਂ ਦੇ ਦੋਨੋਂ ਗੁੱਟ ਟੁੱਟ ਗਏ ਨੇ, ਜਿਸ ਕਾਰਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਅਜੇ ਵੀ ਰੱਖਿਆ ਗਿਆ ਹੈ। ਅਤੇ ਦੱਸ ਦਈਏ ਕਿ ਇਹ ਧਰਨੇ ਤੋਂ ਵਾਪਸ ਆ ਰਹੇ ਸਨ ਅਤੇ ਖੰਨਾ ਨੇੜੇ ਇਹਨਾਂ ਦੇ ਨਾਲ ਦਰਦਨਾਕ ਹਾਦਸਾ ਵਾਪਰਿਆ ਹੈ। ਸਾਡੇ ਦੋ ਕੇਡਰ ਦੇ ਵਲੰਟੀਅਰ ਸੁਖਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਅਤੇ ਬਲਜੀਤ ਸਿੰਘ ਜਿਹੜੇ ਸੀ, ਜਿਵੇਂ ਸ਼ੰਭੂ ਬਾਰਡਰ 'ਤੇ ਚੱਲਦੇ ਧਰਨੇ ਨੂੰ ਅੱਜ 142 ਦਿਨ ਹੋ ਗਏ ਨੇ, ਉਹਦੇ ਵਿੱਚ ਆਪਣੀਆਂ ਜੰਗੀ ਸੇਵਾਵਾਂ ਜਿਹੜੀਆਂ ਨਿਭਾ ਕੇ 10 ਦਿਨ ਦੀ ਆਪਣੀ ਵਾਰੀ ਪੂਰੀ ਕਰਕੇ ਘਰ ਨੂੰ ਵਾਪਸ ਪਰਤ ਰਹੇ ਸਨ। ਅਤੇ ਖੰਨੇ ਤੋਂ ਥੋੜ੍ਹਾ ਜਿਹਾ ਪਿੱਛੇ ਫਲਾਈਓਵਰ ਦੇ ਉੱਤੇ ਇੱਕ ਵੱਡੇ ਟਰਾਲੇ ਦੀ ਜਿਹੜੀ ਆ ਉਹ ਇੱਕਦਮ ਅੱਗੇ ਆ ਕੇ ਬ੍ਰੇਕ ਮਾਰਨ ਦੇ ਕਾਰਨ ਜਿਹੜਾ ਵੱਡਾ ਐਕਸੀਡੈਂਟ ਹੋਇਆ, ਜਿਹਦੇ ਵਿੱਚ ਸੁਖਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਜਿਹੜੇ ਨੇ ਉਹ ਸਾਥੋਂ ਵਿਛੜ ਗਏ ਨੇ, ਉਹਨਾਂ ਦੀ ਮੌਤ ਹੋ ਗਈ ਆ। ਅਤੇ ਬਲਜੀਤ ਸਿੰਘ ਜਿਹੜੇ ਨੇ ਉਹ ਬਹੁਤ ਜ਼ਿਆਦਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜੀ। ਮੋਟਰਸਾਈਕਲ 'ਤੇ ਆ ਰਹੇ ਸੀਗੇ ਜੀ, ਦੋਨੋਂ ਹੀ ਵਲੰਟੀਅਰ ਜਿਹੜੇ ਸੀ ਮੋਟਰਸਾਈਕਲ 'ਤੇ ਵਾਪਸ ਆਪਣੇ ਘਰ ਨੂੰ 10 ਦਿਨ ਬਾਅਦ ਪਰਤ ਰਹੇ ਸੀਗੇ ਜੀ।
ਇਹ ਦੋਨੋਂ ਜੀ ਵਾਸੀ, ਇੱਕ ਆਦੋਵਾਲੀ ਔਰ ਇੱਕ ਰੰਗੜ ਨੰਗਲ, ਦੋਨੋਂ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਹਾਂ ਜੀ। ਸੁਖਵਿੰਦਰ ਸਿੰਘ ਦੀ ਉਮਰ ਲਗਭਗ 57-58 ਸਾਲ ਹੈ ਅਤੇ ਬਲਜੀਤ ਸਿੰਘ ਦੀ ਉਮਰ ਜਿਹੜੀ ਉਹ 46-47 ਸਾਲ ਦੇ ਕਰੀਬ ਹੈ ਜੀ। ਬਲਜੀਤ ਸਿੰਘ ਦੇ ਦੋਨੋਂ ਗੁੱਟ ਫ੍ਰੈਕਚਰ ਹੋ ਗਏ ਆ ਔਰ ਉਸ ਤੋਂ ਇਲਾਵਾ ਲੋਅਰ ਪੋਰਸ਼ਨ ਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਨੇ ਉਹ ਡੀਪ ਇੰਜਰੀਜ਼ ਹੋਈਆਂ ਨੇ।